ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀ ਬਾਰ ਗੱਲ ਕਰਦੇ ਹਾਂ ਪੰਜਾਬ ਅਤੇ ਦੁਨੀਆ ਦੀਆਂ ਤਾਜ਼ਾ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਤੋਂ ਭਗਵਾਨਤ ਮੰਤਰੀ ਦਾ ਰਾਜ ਸਭਾ ਮੈਂਬਰਾਂ ਨੂੰ ਸੱਦਾ ਖੇਤੀ ਵਿਰੋਧੀ ਬੈਲ ਰਾਜ ਸਭਾ ਵਿੱਚ ਨਾ ਪੇਸ਼ ਹੋਣ ਦਿੱਤਾ ਜਾਵੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੇਖਦੇ ਸਾਰੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਮੋਦੀ ਸਰਕਾਰ ਵੱਲੋਂ ਬਹੁਮਤ ਦੀ თანਅਸ਼ਹੀ ਨਾਲ ਲੋਕ ਸਭਾ ਵਿੱਚ ਪਾਸ ਕੀਤੇ ਖੇਤੀ ਵਿਰੋਧੀ ਬਿੱਲਾਂ ਨੂੰ ਰਾਜ ਸਭਾ ਵਿੱਚ ਹਰਗੇਜ ਪਾਸ ਨਾ ਹੋਣ ਦੇਣ ਇਸ ਦੇ ਨਾਲ ਹੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮੰਤਰੀ ਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਖਾਸ ਕਰਕੇ ਹਰ ਸਿਮਰਤ ਕੋਰ ਬਾਦਲ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ মিডিਆ ਦੇ ਰੂਬਰੂ ਹੋਏ ਭਗਵਾਨਤ ਮਾਨ ਨੇ ਕਿਹਾ ਹੈ ਕਿ 17 ਸਤੰਬਰ ਨੂੰ ਦੇਸ਼ ਖਾਸ ਕਰਕੇ ਅੰਨ ਦਾਤਾ ਹਮੇਸ਼ਾ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਜਨਮ ਦਿਨ ਦੇ ਮੌਕੇ ਜਿਸ ਤਾਨਾਸ਼ਾਹੀ ਤਰੀਕੇ ਨਾਲ ਲੋਕ ਸਭਾ ਵਿੱਚ ਖੇਤੀ ਵਿਰੋਧੀ ਬਿੱਲ ਪਾਸ ਕਰਕੇ ਦੇਸ਼ ਖਾਸ ਕਰਕੇ ਪੰਜਾਬ ਹਰਿਆਣਾ ਦੇ ਕਿਸਾਨਾਂ ਖੇਤੀਬਾੜੀ ਤੇ ਨਿਰਪਰ ਆੜਤੀਆਂ ਮੁਲੀਮਾਂ ਮੈਦੂਰਾ ਪੱਲੇਦਾਰਾਂ ਤੇ ਟਰਾਂਸਪੋਰਟਰਾਂ ਦੀ ਬਰਬਾਦੀ ਕਰਕੇ ਪੂੰਜੀਪਤੀ ਕਾਰਪੋਰੇਟ ਘਰਾਣਿਆਂ ਨੂੰ ਤੋਹਫਾ ਦਿੱਤਾ ਹੈ ਇਸ ਦਿਨ ਨੂੰ ਹਮੇਸ਼ਾ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਖੇਤੀ ਬਿੱਲਾਂ ਦਾ ਵਿਰੋਧ ਕਰਨ ਵਾਲੇ ਵਿਚੋਲਿਆਂ ਦੇ ਹਮਾਇਤੀ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਹੈ ਕਿ ਖੇਤੀ ਬਿੱਲਾਂ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ ਬਚੂਲਿਆਂ ਦਾ ਵਿਚਾਰ ਕਰ ਰਹੀਆਂ ਹਨ ਜਦ ਕਿ ਇਹ ਬੈਲ ਕਿਸਾਨਾਂ ਨੂੰ ਬਚੂਲਿਆਂ ਤੋਂ ਬਚਾਉਣ ਵਾਲੇ ਹਨ ਬਿਹਾਰ ਦੇ ਕੋਸੀ ਰੇਲਵੇ ਪੁਲ ਦਾ ਅਦਗਾਟਨ ਕਰਨ ਵੇਲੇ ਉਹਨਾਂ ਨੇ ਕਿਹਾ ਹੈ ਕਿ ਹੁਣ ਕਿਸਾਨਾਂ ਨੂੰ ਬਚੂਲਿਆਂ ਤੋਂ ਬਿਨਾ ਆਪਣੀਆਂ ਜਾਨਸਾਂ ਵੇਚਣ ਦੇ ਮੌਕੇ ਵਧੇਰੇ ਮਿਲਣਗੇ ਤੇ ਉਹਨਾਂ ਨੂੰ ਫਾਇਦਾ ਹੋਵੇਗਾ ਤੇ ਜਿਨ੍ਹਾਂ ਨੇ ਦਹਾਕਿਆਂ ਤੱਕ ਦੇਸ਼ ਤੇ ਰਾਜ ਕੀਤਾ ਹੈ ਤੇ ਉਹਨਾਂ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਜੀ ਖੇਤੀਬੈਲ ਪ੍ਰੀਤਮ ਸਿੰਘ ਅੱਕਾਂਵਾਲੀ ਦੇ ਬਠਿੰਡਾ ਵਿੱਚ ਮੌਤ ਖੇਤੀਬੈਲ ਪਾਸ ਹੋਣ ਮਗਰੋਂ ਕਿਸਾਨੀ ਤੇ ਛਾਉਣ ਵਾਲੇ ਕਾਲੇ ਪਵੈਖ ਦੇ ਬਦਲਾਂ ਖਿਲਾਫ ਪ੍ਰੀਤਮ ਸਿੰਘ ਅੱਕਾਂਵਾਲੀ ਪਹਿਲਾਂ ਹੀ ਸ਼ਹੀਦ ਬਣ ਗਿਆ ਉਸ ਦੀ ਮੈਕਸ ਬਠਿੰਡਾ ਵਿਖੇ ਦੇਰ ਸ਼ਾਮ ਮੌਤ ਹੋ ਗਈ ਐ ਤੇ ਉਸ ਨੇ ਜਿਹੜੇ ਕਿ ਪਿੰਡ ਬਾਦਲ ਵਿਖੇ ਮੋਰਚੇ ਤੇ ਸਲਫਾਹ ਦੀ ਗੋਲੀ ਨਿਗਲ ਲਈ ਸੀ ਜਿਸ ਤੋਂ ਬਾਅਦ ਉਸ ਦੇ ਰੇੜੇ ਕੇ ਬਠਿੰਡਾ ਵਿਖੇ ਆਸਪਤਾਲ ਨੂੰ ਵਿਚ ਉਸ ਨੂੰ ਭਾਰਤੀ ਕਰਵਾਇਆ ਗਿਆ ਤੇ ਤੁਰੰਤ ਜਿਹੜਾ ਕਿ ਉਸ ਨੂੰ ਡਾਕਟਰਾਂ ਦੀ ਦੇਖੇ ਟ੍ਰਿਕ ਰੱਖਸਿਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਕਿ ਉਹਦੇ ਇਹ ਵੀ ਜਿਹੜੇ ਕਿ ਲੱਗ ਰਹੇ ਹਨ ਕਿ 12 ਤੋਂ 13 ਲੱਖ ਰੁਪਏ ਦਾ ਉਸ ਦੇ ਪਰਿਵਾਰ ਸਰਕਾਰ ਜਾ ਵੀ ਸੀ ਤੇ ਇਹ ਜਾਣਕਾਰੀ ਪਤਾ ਲੱਗੀ ਹੈ ਤੇ ਜਿਸ ਤੋਂ ਬਾਅਦ ਉਸ ਦੀ ਦੀਰ ਸ਼ਾਮ ਜਿਹੜੀ ਕਿ ਮੌਤ ਹੋ ਗਈ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਬੱਸਾਂ ਵਿੱਚ ਸਖਤੀ ਯਾਤਰੀਆਂ ਦੇ ਮਾਸਕ ਨਾ ਪਹਿਨਣ ਤੇ ਡਰਾਈਵਰ ਤੇ ਕੰਡੈਕਟਰ ਵੀ ਹੋਣਗੇ ਜਵਾਬਦੇਹ ਵਿਧਾਈ ਚੈਕਿੰਗ ਕਰੋਨਾ ਵਾਇਰਸ ਦੀ ਰੋਕਥਾਮ ਲਈ ਕੀਤੀਆਂ ਜਾ ਰੀਆਂ ਕੋਸ਼ਿਸ਼ਾਂ ਦਰਮਿਆਨ ਟਰਾਂਸਪੋਰਟ ਵਿਭਾਗ ਨੇ ਆਪਣੇ ਮੁਲਾਜ਼ਮਾਂ ਤੇ ਮਾਸਕ ਪਹਿਨਣ ਨੂੰ ਲੈ ਕੇ ਸਖਤੀ ਵਧਾ ਦਿੱਤੀ ਹੈ ਤੇ ਇਸ ਅਧੀਨ ਮੁਲਾਜ਼ਮ ਖੁਦ ਤਾਂ ਮਾਸਕ ਪਹਿਨਣਗੇ ਹੀ ਜੇਕਰ বাস ਵਿੱਚ ਦੂਸਰੇ ਲੋਕਾਂ ਨੇ ਮਾਸਕ ਨਾ ਪਹਿਨਿਆ ਹੋਇਆ ਤਾਂ ਡਰਾਈਵਰ ਤੇ ਕੰਡੈਕਟਰ ਤੇ ਕਾਰਵਾਈ ਹੋਵੇਗੀ ਦੱਸਣਯੋਗ ਹੈ ਕਿ ਸਰਕਾਰ ਵੱਲੋਂ ਬੱਸਾਂ ਚਲਾਉਣ ਦੀ ਮਨਜ਼ੂਰੀ ਦੇਣ ਵੇਲੇ ਇਹ ਤੈਅ ਕੀਤਾ ਗਿਆ ਸੀ ਤੇ ਬੱਸਾਂ ਵਿੱਚ ਬੈਠੇ ਮੁਸਾਫਰਾਂ ਦਾ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ ਜਿਸ ਦੇ ਲਈ ਵਿਭਾਗ ਵੱਲੋਂ ਚੈਕਿੰਗ ਸ਼ੁਰੂ ਕੀਤੀ ਗਈ ਸੀ ਤੇ ਹੁਣ ਵਿਭਾਗ ਕੁਝ ਅਜਿਹਾ ਕਰਨ ਦੀ ਤਿਆਰੀ ਕਰ ਰਿਹਾ ਹੈ ਕਿ ਬੱਸਾਂ ਵਿੱਚ ਇਸ ਗੱਲ ਦੀ ਇੱਕ ਦੋ ਨਹੀਂ ਸਗੋਂ ਕਈ ਜਗ੍ਹਾ ਚੈਕਿੰਗ ਕੀਤੀ ਜਾਵੇਗੀ ਤਾਂ ਕਿ ਇਹਨਾਂ ਲੋਕਾਂ ਨੂੰ ਫੜਿਆ ਜਾ ਸਕੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਹਰ ਸਿਮਰਤ ਦੇ ਅਸਤੀਫੇ ਤੋਂ ਬਾਅਦ ਮਨਪ੍ਰੀਤ ਬਾਦਲ ਦਾ ਤੰਝ ਹਰਸਿਮਰਤ ਬਾਦਲ ਦੇ ਅਸਤੀਫੇ ਦੇਣ ਤੋਂ ਬਾਅਦ ਲਗਾਤਾਰ ਤਾਂਜ ਕਸਿਆ ਜਾ ਰਿਹਾ ਹੈ ਤੇ ਹੁਣ ਵਿੱਤ ਮੰਤਰੀ ਮਾਨਪ੍ਰੀਤ ਸਿੰਘ ਬਾਦਲ ਨੇ ਹਰਪ੍ਰੀਤ ਹਰਸਿਮਰਤ ਤੇ ਤਾਂਜ ਕਹਦਿਆਂ ਕਿਹਾ ਹੈ ਕਿ ਹੁਣ ਸ਼ਾਇਦ ਅਗਲੇ ਜਨਮ ਵਿੱਚ ਹਰਸਿਮਰਤ ਮੰਤਰੀ ਬਣ ਸਕਣਗੇ ਇਸ ਸਬੰਧੀ ਖੇਤੀਬਾੜੀ ਆਰਡੀਨੈਂਸ ਤੇ ਮੀਡੀਆ ਨਾਲ ਗੱਲਬਾਤ ਦੌਰਾਨ ਮਾਨਪ੍ਰੀਤ ਨੇ ਕਿਹਾ ਕਿ ਹਰ ਸਾਲ ਪੰਜਾਬ ਦੀ ਮੰਡੀ ਤੋਂ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ 4000 ਕਰੋੜ ਰੁਪਏ ਆ ਰਿਹਾ ਹੈ ਤੇ ਕਾਂਗਰਸ ਨੇ ਲਗਾਤਾਰ ਖੇਤੀ ਆਰਡੀਨਸ ਦਾ ਵਿਰੋਧ ਕੀਤਾ ਤੇ ਵਿੱਤ ਮੰਤਰੀ ਨੇ ਕਿਹਾ ਹੈ ਕਿ ਜਦੋਂ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ 4000 ਕਰੋੜ ਰੁਪਏ ਹਰ ਸਾਲ ਆ ਰਿਹਾ ਤੇ ਕਾਂਗਰਸ ਖੇਤੀਬਾੜੀ ਆਰਡੀਨਸ ਦੇ ਹੱਕ ਵਿੱਚ ਕਿਉਂ ਹੋਵੇਗੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਕਾਲੀਦਾਲ ਨੇ ਇੱਕ ਮੁਹਾਵਰਾ ਬਿਲਕੁਲ ਸਹੀ ਹੈ ਕਿ ਭਾਈਪਾ ਦੇ ਨਾਲ ਉੱਪਰੋਂ ਲੜਾਈ ਅਤੇ ਅੰਦਰੋਂ ਭਾਈ ਭਾਈ ਏ ਨੂਰਾ ਕੋਸਤੀ ਦਾ ਖੇਡ ਆ ਖੇਡਿਆ ਜਾ ਰਿਹਾ ਤੇ ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰੀ ਸਰਕਾਰ ਦਾ ਪਤਾ ਨਹੀਂ ਬਿਆਨ ਦੇਣ ਤੋਂ ਕਿਉਂ ਭੱਜ ਰਹੀ ਹੈ ਪੰਜਾਬ ਅਤੇ ਹਰਿਆਣਾ ਵਿੱਚ ਐਮਐਸਪੀ ਪਹਿਲਾ ਹੈ ਤੇ ਉਵੇਂ ਹੀ ਚਾਲੂ ਰਹੇਗੀ ਸਾਨੂੰ ਇੰਜ ਲੱਗਦਾ ਹੈ ਕਿ ਇਹ ਐਮਐਸਪੀ ਤੋਂ ਮੁਕਰ ਜਾਣਗੇ ਜਦੋਂ ਕੇਂਦਰ ਸਰਕਾਰ ਨੇ ਜੀਐਸਟੀ ਲਾਗੂ ਕੀਤਾ ਸੀ ਤਾਂ ਸਾਨੂੰ ਕਿਹਾ ਸੀ ਕਿ ਜੇਕਰ ਕਿਸੇ ਸਟੇਟ ਨੂੰ ਘਾਟਾ ਪਿਆ ਤਾਂ ਅਸੀਂ ਉਹਦਾ ਪੂਰਾ ਕਰਾਂਗੇ ਅਸਤੂ ਬਾਅਦ ਅਗਲੀ ਵੱਡੀ ਖਬਰ ਹੈ ਜੀ ਪੰਜਾਬ ਵਿੱਚ 62 ਹੋਰ ਮੌਤਾਂ 2817 ਨਵੇਂ ਕੇਸ ਜਾਣੋ ਆਪਣੇ ਜ਼ਿਲ੍ਹੇ ਦਾ ਹਾਲ ਪੰਜਾਬ ਵਿੱਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਵਾਇਰਸ ਨੇ 62 ਲੋਕਾਂ ਦੀ ਜਾਨ ਲਈ ਹੈ ਜਿਸ ਦੇ ਨਾਲ ਕੁੱਲ ਮੌਤਾਂ ਦੀ ਗਿਣਤੀ 2708 ਹੋ ਗਈ ਹੈ ਤੇ ਸ਼ੁੱਕਰਵਾਰ ਨੂੰ 2817 ਨਵੇਂ ਕਰੋਨਾ ਪੋਜ਼ਿਟਿਵ ਕੇਸ ਸਾਹਮਣੇ ਹਨ ਤੇ ਸਭ ਤੋਂ ਜ਼ਿਆਦਾ ਮੌਤਾਂ 12 ਲੁਧਿਆਣਾ ਵਿੱਚ ਹੋਈਆਂ ਇਹਦੇ ਨਾਲ ਹੀ ਜਲੰਧਰ ਵਿੱਚ 10 ਹਜ਼ਾਰ ਪੁਰ ਵਿੱਚ 7 ਮਹਾਲੀ ਵਿੱਚ 6 ਪਟਿਆਲਾ ਵਿੱਚ 5 ਅੰਮ੍ਰਿਤਸਰ ਬਰਨਾਲਾ ਗੁਰਦਾਸਪੁਰ ਕਪੂਰਥਲਾ ਮੋਕਸਾ ਸਾਹਿਬ ਨਮਾਸ਼ਹਿਰ ਸੰਗਰੂਰ ਤਰਨਤਾਰਨ ਬਠਿੰਡਾ ਇੱਥੇ ਦੋ ਦੋ ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ ਅਗਲੀ ਵੱਡੀ ਖਬਰ ਹੈ ਜੀ ਇਸਤੀਫੇ ਤੋਂ ਬਾਅਦ ਬੋਲੇ ਹਰਸਿਮਰਤ ਬਾਦਲ ਕਿਹਾ ਸਰਕਾਰ ਨੂੰ ਮਨਾਉਣ ਵਿੱਚ ਰਹੀ ਅਸਫਲ ਕੇਂਦਰੀ ਕੈਬਨਟ ਤੋਂ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਸਿਆਸਤ ਭਖਦੀ ਜਾ ਰਹੀ ਹੈ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇਣ ਤੋਂ ਬਾਅਦ ਵੱਡਾ ਬਿਆਨ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਆਪਣੀ ਹੀ ਸਰਕਾਰ ਨੂੰ ਖੇਤੀ ਆਰਡੀਨੇਸਾਂ ਤੇ ਮਨਾਉਣ ਵਿੱਚ ਅਸਫਲ ਰਹੀ ਹੈ ਤੇ ਇੱਕ ਨਿੱਜੀ ਚੈਨਲ ਨੂੰ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਹੈ ਕਿ ਸਰਕਾਰ ਆਰਡੀਨੇਸਾਂ ਨੂੰ ਤਿਆਰ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਸੁਣਵਾਈ ਦੇਵੇ ਤੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਅੱਗੇ ਲੈ ਜਾਣ ਦੀ ਸਖਤ ਮਿਹਨਤ ਕਾਰਜਾਂ 'ਤੇ ਵਿਸ਼ਵਾਸ ਇਹ ਨਹੀਂ ਹੁੰਦਾ ਕਿ ਉਹਨਾਂ ਦੀਆਂ ਨੀਤੀਆਂ ਕਿਸਾਨ ਵਿਰੋਧੀ ਹਨ ਅਤੇ ਦੱਸਣਯੋਗ ਹੈ ਕਿ ਭਾਜਪਾ ਨਾਲ ਗੱਠਜੋੜ ਬਾੜੀ ਅਕਾਲੀ ਦਲ ਦੀ ਆਗੂ ਅਤੇ ਕੇਂਦਰ ਮੰਤਰੀ ਹਰਸਿਮਰਤ ਕੋਰ ਬਾਦਲ ਨੇ ਆਪਣੇ ਅਹੁਦੇ ਤੋਂ ਵੀਰਵਾਰ ਨੂੰ ਅਸਤੀਫਾ ਦੇ ਦਿੱਤਾ ਸੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਸਰਕਾਰੀ ਨੌਕਰੀ ਨੂੰ ਲੈ ਕੇ ਸੀਐਮ ਜੋਗੀ ਦਾ ਵੱਡਾ ਫੈਸਲਾ ਭਾਰਤਾਂ ਲਈ ਦਿੱਤੇ ਨਿਰਦੇਸ਼ 17 ਸਤੰਬਰ ਨੂੰ ਪੀਐਮ ਨਰਿੰਦਰ ਮੋਦੀ ਦਾ ਜਨਮ ਦਿਨ ਸੀ ਤੇ ਇਸ ਮੌਕੇ ਵਿਰੋਧੀ ਧਿਰ ਦੇ ਬੇਰੁਜ਼ਗਾਰੀ ਨੂੰ ਲੈ ਕੇ ਵਿਆਪਕ ਪ੍ਰਦਰਸ਼ਨ ਕੀਤਾ ਇਸ ਮੌਕੇ ਪ੍ਰਦਰਸ਼ਨ ਤੋਂ ਬਾਅਦ ਯੋਗੀ ਸਰਕਾਰ ਸਰਗਰਮ ਹੋ ਗਈ ਤੇ ਮੁੱਖ ਮੰਤਰੀ ਯੋਗੀ ਅਦਿੱਤਿਆ ਰਾਤ ਨੇ ਸਾਰੇ ਵਿਭਾਗਾਂ ਵਿੱਚ ਖਾਲੀ ਅਹੁਦਿਆਂ ਲਈ ਭਰਤੀਆਂ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਦਾ ਨਿਰਦੇਸ਼ ਜਾਰੀ ਕੀਤਾ ਹੈ ਤੇ ਉਨ੍ਹਾਂ ਨੇ ਮੁੱਖ ਸਕੱਤਰ ਸਮੇਤ ਕੌਲਬਧਿਕਾ ਮੁੱਖ ਸਕੱਤਰ ਪ੍ਰਮੁੱਖ ਸਕੱਤਰਾਂ ਨੂੰ ਇੱਕ ਹਫ਼ਤੇ ਵਿੱਚ ਖਾਲੀ ਅਹੁਦਿਆਂ ਦਾ ਬੇਰਬਾ ਉਪਲਬਧ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ ਤੇ ਜਿਸ ਤੋਂ ਬਾਅਦ ਲਗਭਗ 3 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਅਗਲੀ ਵੱਡੀ ਖਬਰ ਆ ਰਹੀ ਜੀ ਪੰਜਾਬ ਯੂਨੀਵਰਸਿਟੀ ਦੇ ਸੈਸ਼ਨ 2021-21 ਦੀਆਂ ਸਮੈਸਟਰ ਪ੍ਰੀਖਿਆਵਾਂ ਲਈ ਸੂਚੀ ਜਾਰੀ ਕੀਤੀ। ਪੰਜਾਬ ਯੂਨੀਵਰਸਿਟੀ ਵੱਲੋਂ ਸੈਸ਼ਨ 2021-21 ਦੀਆਂ ਸਮੈਸਟਰ ਪ੍ਰੀਖਿਆਵਾਂ ਲੈ ਸੂਚੀ ਜਾਰੀ ਕਰ ਦਿੱਤੀ ਹੈ ਸਾਰੀਆਂ ਯੂਜੀ ਅਤੇ ਪੀਜੀ ਜਮਾਤਾਂ ਦੇ ਰੈਗੂਲਰ ਅਤੇ ਰੀਪੇਅਰ 1 3 5 7 ਅਤੇ 9ਵੇਂ ਸਮੈਸਟਰ ਦੀਆਂ ਪ੍ਰੀਖਿਆਵਾਂ ਦੋਸਤ ਦਸੰਬਰ ਤੋਂ ਸ਼ੁਰੂ ਹੋ ਰਹੀਆਂ ਹਨ ਤੇ ਪੀਯੂ ਨੇ ਸਾਰੇ ਕੋਰਸਾਂ ਦੀ ਫੀਸ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕੀਤਾ ਹੈ ਤੇ ਪੀਯੂ ਪ੍ਰਸ਼ਾਸਨ ਵੱਲੋਂ ਜਾਰੀ ਨਿਰਦੇਸ਼ਾਂ ਵਿੱਚ ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਕਿ ਆਪਣੀ ਪ੍ਰੀਖਿਆਵਾਂ ਫੀਸ 5 ਅਕਤੂਬਰ ਤੱਕ ਜਮ੍ਹਾਂ ਕਰਵਾ ਦੇਣ ਤੇ ਉਥੇ ਸਾਲਾਨਾ ਪ੍ਰੀਖਿਆਵਾਂ ਵੀ ਫੀਸ 22 ਜਨਵਰੀ 2021 ਤੱਕ ਜਮ੍ਹਾਂ ਕਰਵਾ ਸਕਦੇ ਹਨ ਤੇ ਇਹਨਾਂ ਪ੍ਰੀਖਿਆਵਾਂ 2021 ਤੋਂ ਹੋਣਗੀਆਂ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਪੰਜਾਬ ਵਿੱਚ ਵਧੇਗੀ ਰੇਲ ਗੱਡੀਆਂ ਦੀ ਆਵਾਜਾਈ ਖੁੱਲਣਗੇ ਸਟਾਲ ਅਤੇ ਦੁਕਾਨਾਂ ਨਿਰਦੇਸ਼ ਜਾਰੀ ਨਾਰਦਰਨਾ ਰੇਲਵੇ ਵੱਲੋਂ ਜਾਰੀ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਟਰੈਕ ਤੇ ਰੇਲਵੇ ਗੱਡੀਆਂ ਦੀ ਆਵਾਜਾਈ ਵਧਾਈ ਜਾਵੇਗੀ ਅਜਿਹਾ ਵਿੱਚ ਰੇਲਵੇ ਸਟੇਸ਼ਨਾਂ ਤੇ ਚੱਲਣ ਵਾਲੀਆਂ ਦੁਕਾਨਾਂ ਤੇ ਸਟਾਲਾਂ ਨੂੰ ਖੋਲਣਾ ਜ਼ਰੂਰੀ ਹੋਵੇਗਾ ਤੇ ਕਰੋਨਾ ਵਾਇਰਸ ਕਾਰਨ ਦੇਸ਼ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਨਾ ਮਾਤਰਾ ਹੈ ਜਿਸ ਕਾਰਨ ਰੇਲਵੇ ਸਟੇਸ਼ਨਾਂ ਤੇ ਲੋਕ ਘੱਟ ਪਹੁੰਚ ਰਹੇ ਹਨ ਤੇ ਹਸਤਾਲਾਂ ਦੀ ਦੁਕਾਨਾਂ ਵੀ ਨਹੀਂ ਚੱਲ ਰਹੀਆਂ ਤੇ ਹੁਣ ਰੇਲਵੇ ਟ੍ਰੇਨਾਂ ਦੀ ਆਵਾਜਾਈ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਤੇ ਜਿਸ ਨਾਲ ਲੋਕਾਂ ਦੀ ਆਵਾਜਾਈ ਵੱਧ ਵੱਧ ਜਾਵੇਗੀ ਤੇ ਦੂਰ ਦਰਾਡੇ ਤੋਂ ਰੇਲਵੇ ਸਟੇਸ਼ਨ ਪੁੱਜੇ ਯਾਤਰੀਆਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ ਇਸ ਲਈ ਰੇਲਵੇ ਪ੍ਰਬੰਧਕ ਕਾਰਨ ਵਿੱਚ ਜੁਟੇ ਹੋਈ ਹੈ ਫਰੋਜਪੁਰ ਰੇਲਵੇ ਮੰਡਲ ਵੱਲੋਂ ਲੁਧਿਆਣਾ ਰੇਲਵੇ ਮੰਡਲ ਸਟੇਸ਼ਨ ਤੇ ਸਾਰੇ ਸੁਵਿਧਾ ਬਿਹਾਲ ਕਰਨ ਦਾ ਨਿਰਦੇਸ਼ ਜਾਰੀ ਕਰ ਦਿੱਤਾ ਗਿਆ ਤੇ ਰੇਲਵੇ ਅਧਿਕਾਰੀ ਦੱਸਦੇ ਹਨ ਕਿ ਜਿਹੜੀਆਂ ਰੇਲ ਗੱਡੀਆਂ ਚੱਲ ਰਹੀਆਂ ਹਨ ਇਸ ਤੋਂ ਇਲਾਵਾ ਅਗਲੇ ਮਹੀਨੇ ਤੋਂ ਕਾਫੀ ਗੈਂਤੀ ਵਿੱਚ ਰੇਲ ਗੱਡੀਆਂ ਚੱਲ ਰਹੀਆਂ ਹਨ ਤੇ ਜਿਸ ਤੋਂ ਇਲਾਵਾ ਅਗਲੇ ਮਹੀਨੇ ਤੋਂ ਕਾਫੀ ਰੇਲ ਗੱਡੀਆਂ ਹੋਰ ਵੀ ਸ਼ੁਰੂ ਕੀਤੀਆਂ ਜਾਣਗੀਆਂ ਤੇ ਜਿਸ ਕਾਰਨ ਸਟਾਲ ਧਾਰਕਾਂ ਤੇ ਹੋਰ ਦੁਕਾਨਦਾਰਾਂ ਨੂੰ ਨਿਰਦੇਸ਼ ਜਾਰੀ ਕੀਤਾ ਗਿਆ ਕਿ ਉਹ ਆਪਣੀਆਂ ਦੁਕਾਨਾਂ ਖੋਲਣ ਅਤੇ ਯਾਤਰੀਆਂ ਨੂੰ ਸਹੂਲਤ ਦੇਣ ਇਹ ਸੀ ਜੀ ਹੁੰਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਯਾਰਾ ਤੋਂ ਜ਼ਿਆਦਾ ਸ਼ੇਅਰ ਕਰੋ ਫੇਸਬੁੱਕ WhatsApp ਤੇ ਤਾਂ ਕਿ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੀ ਜਾਣਕਾਰੀ ਪਹੁੰਚ ਸਕੇ ਧੰਨਵਾਦ